ਪੰਜਾਬੀ ਦੀ ਕਹਾਵਤ ਹੈ ਕਿ ਜਿਸ ਜੱਟ ਦੀ ਪਨੀਰੀ ਚੰਗੀ ਹੋਵੇ ਉਹਦੀ ਫਸਲ ਵੀ ਚੰਗੀ ਹੁੰਦੀ ਹੈ। ਇਸੇ ਮਕਸਦ ਨਾਲ ਮਜੀਠੀਆ ਹਲਕੇ ਵਿੱਚ ਲਗਾਤਾਰ ਹਾਕੀ ਦੀ ਪਨੀਰੀ ਨੂੰ ਤਿਆਰ ਕਰਨ ਲਈ ਯਤਨ ਜਾਰੀ ਹੈ। ਪਹਿਲਾਂ ਤਲਵੰਡੀ ਖੁੰਮਣ, ਫਿਰ ਥਰੀਏਵਾਲ, ਮਰੜੀ ਕਲਾਂ ਤੇ ਹੁਣ ਅਬਦਾਲ ਸੋਹੀ ਪਿੰਡ ਵਾਲਿਆਂ ਨੇ ਅੰਡਰ 17 ਦਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਜੇਤੂ ਟੀਮ ਨੂੰ 11,000 ਅਤੇ ਉਪ ਜੇਤੂ ਨੂੰ 8100 ਰੁਪਏ ਦਿੱਤੇ ਜਾਣਗੇ। ਪਿਛਲੇ 3 ਰੋਜ਼ ਤੋਂ ਚੱਲ ਰਹੇ ਇਸ ਟੂਰਨਾਮੈਂਟ 'ਚ ਲਗਭਗ 18 ਟੀਮਾਂ ਨੇ ਹਿੱਸਾ ਲਿਆ। ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਉਚਿਤ ਸੀ। ਇਸ ਟੂਰਨਾਮੈਂਟ 'ਚ ਅਬਦਾਲ ਸੋਹੀ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਤੰਗੋ ਸ਼ਾਹ ਗੁਰਦਾਸਪੁਰ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸ ਮੌਕੇ ਹਾਕੀ, ਵਾਲੀਬਾਲ ਅਤੇ ਫੁੱਟਬਾਲ ਨੂੰ ਪ੍ਰਮੋਟ ਕਰਨ ਵਾਲੇ ਸਰਦਾਰ ਜਗਦੀਪ ਸਿੰਘ ਲਾਡੀ ਵੱਲੋਂ ਦੱਸਿਆ ਗਿਆ ਕਿ ਅਗਲੇ ਸਾਲ ਅਸੀਂ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਾਵਾਂਗੇ, ਕਿਉਂਕਿ ਅਬਦਾਲ ਸੋਹੀ ਦਾ ਟੂਰਨਾਮੈਂਟ ਜਿਹੜਾ ਬੜੇ ਹਾਈ ਲੈਵਲ ਤੇ ਹੁੰਦਾ ਸੀ, ਕੁਝ ਕਾਰਨਾਂ ਕਰਕੇ ਬੰਦ ਕੀਤਾ ਗਿਆ ਸੀ ਤੇ ਇਸ ਸਾਲ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਅਸੀਂ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਵਾਈਏ। ਗੁਰਦਾਸਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਪਹਿਲਾ ਯਾਦਗਾਰੀ ਟੂਰਨਾਮੈਂਟ ਅੰਡਰ 17 ਹਾਕੀ ਲੜਕੇ ਕਰਵਾਇਆ ਜਾ ਰਿਹਾ। ਇਹ 3 ਰੋਜ਼ਾ ਟੂਰਨਾਮੈਂਟ ਜੋ ਪਰਸੋਂ ਦੀ ਰੋਜ਼ ਤੋਂ ਸ਼ੁਰੂ ਹੋਇਆ, ਅੱਜ ਆਖਰੀ ਪੜਾਵਾਂ 'ਤੇ ਚੱਲ ਰਿਹਾ, ਜਿਸ ਵਿੱਚ 11,000 ਫਸਟ ਟੀਮ ਨੂੰ ਇਨਾਮ ਅਤੇ 8100 ਰੁਪਇਆ ਜਿਹੜਾ ਉਹ ਸੈਕਿੰਡ ਟੀਮ ਨੂੰ ਇਨਾਮ ਦਿੱਤਾ ਜਾ ਰਿਹਾ। ਇਸਦੇ ਵਿੱਚ ਸਭ ਤੋਂ ਰੋਚਕ ਗੱਲ ਇਹ ਆ ਕਿ ਬਹੁਤ ਬਹੁਤ ਦੂਰ ਤੋਂ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਕਿ ਪ੍ਰਬੰਧਕ ਕਮੇਟੀ ਨੇ ਬੜੇ ਸ਼ਾਨੋ ਸ਼ੌਕ ਦੇ ਨਾਲ ਟੀਮਾਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ। ਮੈਨੂੰ ਆਸ ਆ ਕਿ ਸਮੂਹ ਦਰਸ਼ਕਾਂ ਨੂੰ, ਸਮੂਹ ਇਲਾਕੇ ਨੂੰ ਇਹ ਟੂਰਨਾਮੈਂਟ ਪਹਿਲਾਂ ਬਹੁਤ ਪਸੰਦ ਆਇਆ ਹੋਵੇਗਾ। ਅਸੀਂ ਆਸ ਕਰਾਂਗੇ ਕਿ ਅੱਗੇ ਤੋਂ ਇਹ ਟੂਰਨਾਮੈਂਟ ਜਿਹੜਾ ਹੋਰ ਵੀ ਇਦੋਂ ਸ਼ਾਨੋ ਸ਼ੌਕ ਦੇ ਨਾਲ ਚਲਾਵਾਂਗੇ। ਥੈਂਕ ਯੂ। ਅੰਤ ਵਿੱਚ ਬੇਨਤੀ ਹੈ ਕਿ ਮਜੈਲ ਟੀਵੀ ਦੇਖ ਰਹੇ ਦਰਸ਼ਕੋ, ਮੇਰਾ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਜੀ।